ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਕਸਮ ਖਾ ਕੇ ਆਈ ਪੰਜਾਬ 'ਚ ਕੈਪਟਨ ਸਰਕਾਰ ਨੂੰ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਅਤੇ ਹਾਈ ਪ੍ਰੋਫਾਈਲ ਡਰੱਗ ਕੇਸਾਂ ਵਿੱਚ ਵੱਡੇ ਅਫਸਰਾਂ ਅਤੇ ਨੇਤਾਵਾਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਬਾਰੇ ਰਿਪੋਰਟ ਆਉਣ ਤੋਂ ਬਾਅਦ ਵੀ ਕੈਪਟਨ ਦੀ ਖਾਮੋਸ਼ੀ 'ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਵਾਲ ਉੱਠ ਰਹੇ ਹਨ ਕਿ ਆਖਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਨੂੰ ਅੱਜ ਖੁੱਲ੍ਹੀ ਚਿੱਠੀ ਲਿਖੀ ਹੈ ਜਿਸ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਦਿਸ਼ਾ ਵਿੱਚ ਕੈਪਟਨ ਨੂੰ ਫੇਲ ਕਰਾਰ ਦਿੱਤਾ ਹੈ। ਇੱਕ ਵਾਰ ਤੁਹਾਨੂੰ ਫਿਰ ਸਹੁੰ ਚੁੱਕਣੀ ਪਵੇਗੀ ਉੱਥੇ ਜਾ ਕੇ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਔਰ ਉਸ ਸਹੁੰ ਐਤਕੀ ਤੁਹਾਨੂੰ ਇਹ ਚੁੱਕਣੀ ਪਵੇਗੀ ਕਿ ਵਾਹਿਗੁਰੂ ਪਰਮਾਤਮਾ ਮੈਨੂੰ ਪਹਿਲੀ ਝੂਠੀ ਖਾਧੀ ਹੋਈ ਸਹੁੰ ਦੀ ਮਾਫ਼ੀ ਦੇ ਅਤੇ ਮੈਨੂੰ ਹਿੰਮਤ ਬਖਸ਼ ਕੇ ਮੈਂ ਲੋਕਾਂ ਦੇ ਸਾਹਮਣੇ ਸੱਚ ਬਿਆਨ ਕਰ ਸਕਾਂ ਅਤੇ ਪੰਜਾਬ ਦੇ ਲੋਕਾਂ ਕੋਲੋਂ ਵੀ ਮਾਫ਼ੀ ਮੰਗੂ ਕਿ ਜਿਹੜਾ ਤੁਸੀਂ ਚਾਰ ਹਫ਼ਤਿਆਂ 'ਚ ਕਿਹਾ ਸੀਗਾ ਕਿ ਅਸੀਂ ਨਸ਼ਾ ਤੋਂ ਮੁਕਤ ਕਰ ਦਾਂਗੇ ਪੰਜਾਬ ਨੂੰ, ਉਹ ਨਸ਼ਾ ਮੁਕਤ ਨਹੀਂ। ਅੱਜ ਪੰਜਾਬ ਦੇ ਵਿੱਚ ਨਸ਼ਾ, ਮੇਰਾ ਇਲਜ਼ਾਮ ਹੈ ਜਿਉਂ ਦਾ ਤਿਉਂ ਆ, ਇਕੱਲਾ ਮੇਰਾ ਇਲਜ਼ਾਮ ਨਹੀਂ ਗਾ, ਸੁਰਜੀਤ ਸਿੰਘ ਧਮਾਨ ਕਾਂਗਰਸ ਦੇ MLA, ਅਨੇਕਾਂ ਕਾਂਗਰਸ ਦੇ ਲੋਕ ਪ੍ਰਾਈਵੇਟ ਕਨਵਰਸੇਸ਼ਨ ਵਿੱਚ ਮੰਨਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਜਿਉਂ ਦੀ ਤਿਉਂ ਚੱਲ ਰਹੀ ਆ। ਹਰ ਕਿਸਮ ਦਾ ਨਸ਼ਾ ਟੈਲੀਫੋਨ ਦੇ ਉੱਤੇ ਔਨ ਆਰਡਰ, ਜਿੱਦਾਂ ਕੋਈ ਪੀਜ਼ਾ ਮੰਗਵਾਉਣਾ ਹੁੰਦਾ ਲੋਕਾਂ ਨੇ, ਇਹਦਾ ਘਰਾਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਬਹੁਤ ਬੁਰੀ ਤਰ੍ਹਾਂ ਨਾਲ ਉਸ ਗੱਲ ਦੇ ਫੇਸ। ਵਿਰੋਧੀ ਧਿਰ ਦੇ ਆਗੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਬਿਨਾਂ ਕਿਸੇ ਜਾਂਚ ਤੋਂ ਕਲੀਨ ਚਿੱਟ ਦੇ ਰਹੇ ਹਨ ਅਤੇ ਜੋ ਸਹੀ ਅਫਸਰ ਹਨ ਅਤੇ ਸਹੀ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਨੇ। ਜਿੱਦਾਂ ਵਿਕਰਮ ਅਜੀਠੀਆ ਨੂੰ ਬਚਾਇਆ ਜਾ ਰਿਹਾ, ਇਹ ਉਸੇ ਤਰ੍ਹਾਂ ਨਾਲ DGP ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਨੂੰ ਬਿਨਾਂ ਕਿਸੇ ਇਨਕੁਆਇਰੀ ਤੋਂ, ਬਿਨਾਂ ਕਿਸੇ ਜਾਂਚ ਤੋਂ ਕੈਪਟਨ ਅਮਰਿੰਦਰ ਸਿੰਘ ਕਲੀਨ ਚਿੱਟ ਦੇਣ ਤੇ ਉਤਰਾ ਹੈ। ਉਲਟਾ ਜਿਹੜੇ ਵਿਸਲ ਬਲੋਅਰਸ ਨੇ, ਜਿਹਨਾਂ ਲੋਕਾਂ ਨੇ ਆਣ ਕੇ ਸਾਰੀ ਨਸ਼ਿਆਂ ਦੀ ਤਸਕਰੀ ਦੇ ਤੱਥ ਲੋਕਾਂ 'ਚ ਲਿਆਉਂਦੇ, ਕਚਹਿਰੀ 'ਚ, ਹਾਈਕੋਰਟ ਵਿੱਚ ਲੈ ਕੇ ਆਏ, ਉਹਨਾਂ ਨੂੰ ਇਨਡਿਸਿਪਲਿਨ ਦੇ ਨਾਮ ਦੇ ਉੱਤੇ ਡਰਾਇਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਇੱਕ ਨਵੀਂ ਚਾਲ ਨਜ਼ਰ ਆ ਰਹੀ ਆ ਕਿ ਅਫਸਰਾਂ ਦਾ ਮੂੰਹ ਬੰਦ ਕਰਾਉਣ ਵਾਸਤੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇਨਡਿਸਿਪਲਿਨ ਕਰ ਰਹੇ ਹੋ, ਤੁਸੀਂ ਇਹ ਸਾਰੇ ਤੱਥ ਤੁਹਾਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਉਣੇ ਚਾਹੀਦੇ ਸੀ, ਪਹਿਲਾਂ ਸਰਕਾਰ ਨੂੰ ਮਿਲਣਾ ਚਾਹੀਦਾ ਸੀ। ਘੱਟੋ ਪੱਤ ਗਿਆ ਕਿ ਆਪਣੇ ਬਚਾਓ ਦੇ ਵਾਸਤੇ ਹਾਈਕੋਰਟ ਨਹੀਂ ਜਾ ਸਕਦਾ, ਕਿ ਲੀਗਲ ਰਿਕੋਰਸ ਨਹੀਂ ਲੈ ਸਕਦਾ, ਜਦ ਤਾਈਂ ਉਹ ਆਣ ਕੇ ਚੀਫ ਮਿਨਿਸਟਰ ਸਾਹਿਬ ਨੂੰ ਮਿਲਦਾ ਉਦੋਂ ਤਾਂ ਉਹ ਫੜਕੇ ਅੰਦਰ ਦੇ ਦੇਣਾ ਸੀਗਾ। ਇਸ ਲਈ ਇਨਡਿਸਿਪਲਿਨ ਦੇ ਨਾਮ ਦੇ ਉੱਤੇ ਚੰਗੇ ਅਫਸਰਾਂ ਦਾ ਮੂੰਹ ਬੰਦ ਕਰਾਇਆ ਜਾ ਰਿਹਾ, ਉਹਨਾਂ ਨੂੰ ਡਰਾਇਆ ਜਾ ਰਿਹਾ, ਉਹਨਾਂ ਨੂੰ ਧਮਕਾਇਆ ਜਾ ਰਿਹਾ। ਇਹ ਮੈਂ ਸਮਝਦਾ ਕਿ ਸਰਾਸਰ ਇੱਕ ਦੋਗਲੀ ਨੀਤੀ ਆ ਕੈਪਟਨ ਅਮਰਿੰਦਰ ਸਿੰਘ। ਖਹਿਰੇ ਨੇ ਕਿਹਾ ਕਿ ਜਿਨ੍ਹਾਂ ਨੇ ਗਲਤ ਕੰਮ ਕੀਤੇ ਹਨ ਉਹਨਾਂ ਖਿਲਾਫ਼ ਕਾਰਵਾਈ ਕਰਨ ਨੂੰ ਬਦਲਾਖੋਰੀ ਨਹੀਂ ਕਹਿੰਦੇ, ਉਸ ਨੂੰ ਪੰਜਾਬ ਲਈ ਇਨਸਾਫ਼ ਦੇਣਾ ਕਹਿੰਦੇ ਹਨ, ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਨਸੀਹਤ ਮਿਲੇ ਕਿ ਤੁਸੀਂ ਆਪਣੇ ਪੰਜਾਬ ਨੂੰ ਲੁੱਟ ਨਹੀਂ ਸਕਦੇ। ਬਾਦਲਾਂ ਨੂੰ ਬਚਾਉਣ ਵਾਸਤੇ, ਮਜੀਠੀਆਂ ਨੂੰ ਬਚਾਉਣ ਵਾਸਤੇ, DGP ਅਰੋੜੇ ਵਰਗਿਆਂ ਨੂੰ ਬਚਾਉਣ ਵਾਸਤੇ ਅਮਰਿੰਦਰ ਸਿੰਘ ਕਹਿੰਦੇ ਨੇ ਬਦਲਾ ਨਹੀਂ ਬਦਲਾਵ ਦੀ ਨੀਤੀ ਕਰੇਗੀ ਪੰਜਾਬ। ਮੈਂ ਅਮਰਿੰਦਰ ਸਿੰਘ ਜੀ ਨੂੰ ਕਹਿਣਾ ਚਾਹੁੰਦਾ, ਬਦਲਾਖੋਰੀ ਕਿਸ ਨੂੰ ਕਹਿੰਦੇ ਨੇ? ਜਦੋਂ ਤੁਸੀਂ ਮੇਰੇ ਵਰਗੇ ਇੱਕ ਬੇਗੁਨਾਹ ਬੰਦੇ ਨੂੰ ਜਾਂ ਚੱਟੋਪਾਧੀਏ ਵਰਗੇ ਬੇਗੁਨਾਹ ਬੰਦੇ ਨੂੰ ਕਿਸੇ ਝੂਠੇ ਮਾਮਲੇ ਵਿੱਚ ਫਸਾਓਗੇ ਜਾਂ ਕਿਸੇ ਵੀ ਸੱਚੇ ਬੰਦੇ ਨੂੰ ਕਿਸੇ ਝੂਠੇ ਕੇਸ 'ਚ ਫਸਾਓਗੇ, ਉਸ ਨੂੰ ਕਹਿੰਦੇ ਨੇ ਪੋਲੀਟੀਕਲ ਵੰਡੇਟਾ, ਬਦਲਾਖੋਰੀ। ਬਾਦਲਾਂ ਵਰਗੇ ਲੋਕ ਜਿਹਨਾਂ ਨੇ 10 ਸਾਲ ਇਸ ਸੂਬੇ ਨੂੰ ਲੁੱਟਿਆ, ਕੀ 7-star ਹੋਟੇਲਸ, ਕੀ ਵੱਡੀਆਂ ਵੱਡੀਆਂ ਟਰਾਂਸਪੋਰਟ ਕੰਪਨੀਆਂ, ਕੀ ਰੀਅਲ ਇਸਟੇਟ ਦੇ ਧੰਦੇ, ਕੀ ਟੈਲੀਵਿਜ਼ਨ ਨੈਟਵਰਕ, ਜਿਹਨਾਂ ਦੀਆਂ ਸੰਪੱਤੀਆਂ ਪਿਛਲੇ ਥੋੜੇ ਸਮੇਂ ਵਿੱਚ 1000 ਕਰੋੜਾਂ ਰੁਪਏ ਦੇ ਚਲੇ ਗਈਆਂ, ਉਹਨਾਂ ਦੇ ਖਿਲਾਫ ਜਾਂਚ ਕਰਾਉਣ ਨੂੰ ਬਦਲਾਖੋਰੀ ਨਹੀਂ ਕਹਿੰਦੇ? ਅਮਰਿੰਦਰ ਸਿੰਘ ਜੀ ਇਸ ਚਿੱਠੀ ਵਿੱਚ ਲਿਖਿਆ ਮੈਂ, ਉਸ ਨੂੰ ਕਹਿੰਦੇ ਆ ਪੰਜਾਬ ਲਈ ਇਨਸਾਫ਼ ਦੇਣਾ। ਕਿਉਂਕਿ ਅਗਰ ਤੁਸੀਂ ਤਾਕਤਵਰ ਬੰਦਿਆਂ ਦੇ ਖਿਲਾਫ਼ ਕੋਈ ਕਾਰਵਾਈ ਕਰੋਗੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਨਸੀਹਤ ਹੁੰਦੀ ਆ ਕਿ ਤੁਸੀਂ ਆਪਣੇ ਪੰਜਾਬ ਨੂੰ ਲੁੱਟ ਨਹੀਂ ਸਕਦੇ ਜਿੱਦਾਂ ਬਾਦਲਾਂ ਨੇ ਅਤੇ ਮਜੀਠੀਆਂ ਨੇ 10 ਸਾਲ ਸਾਡੇ ਪੰਜਾਬ ਨੂੰ ਲੁੱਟਿਆ ਵਾ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਵਾਈ ਕਰਨ ਦੀ ਇੱਛਾ ਸ਼ਕਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ 'ਚ ਹੁਣ ਦਮ ਨਹੀਂ ਹੈ। ਕੈਪਟਨ ਨੇ ਮੁੱਖ ਮੰਤਰੀ ਬਣਦਿਆਂ ਹੀ ਹਰਪ੍ਰੀਤ ਸਿੱਧੂ ਨੂੰ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਥਾਪਿਆ ਸੀ, ਪਰ ਹਾਈਕੋਰਟ ਦੇ ਹੁਕਮਾਂ 'ਤੇ ਹਰਪ੍ਰੀਤ ਸਿੱਧੂ ਨੇ ਜਦ ਮਜੀਠੀਆ ਦੇ ਨਸ਼ਾ ਕਾਰੋਬਾਰ ਵਿੱਚ ਸ਼ਾਮਲ ਹੋਣ ਦੀ ਰਿਪੋਰਟ ਦਿੱਤੀ ਤੇ ਕੈਪਟਨ ਨੇ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਲਟਾ STF ਦੇ ਚੀਫ ਨੂੰ ਮਜੀਠੀਆ ਵਿਰੁੱਧ ਰਿਪੋਰਟ ਦੇਣ ਤੋਂ ਬਾਅਦ ਕਮਜ਼ੋਰ ਕਰ ਦਿੱਤਾ ਅਤੇ ਉਹਨਾਂ ਦੀ ਤਾਕਤ ਘਟਾ ਦਿੱਤੀ। ਆਪਣੇ ਹੀ ਬਣਾਏ ਹੋਏ ਅਫਸਰ ਨੂੰ ਨਸ਼ੇ, ਮੈਂ ਨਸ਼ਿਆਂ ਦੇ ਉੱਤੇ ਆ ਕੇ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਸੰਜੀਦਗੀ ਕਿੱਥੋਂ ਨਜ਼ਰ ਆਉਂਦੀ ਹੈ? ਜਿਹੜੇ ਅਫਸਰ ਤੇ ਭਰੋਸਾ ਕਰਕੇ STF ਦਾ ਹੈੱਡ ਬਣਾਇਆ ਉਹਦੇ ਹੀ ਪਰ ਕੁਤਰ ਦਿੱਤੇ ਨੇ। ਹੁਣ ਆਪਣੇ DGP ਨੂੰ ਬਚਾਉਣ ਵਾਸਤੇ, ਆਪਣੇ ਅਫਸਰਾਂ ਨੂੰ ਬਚਾਉਣ ਵਾਸਤੇ, ਵਿਕਰਮ ਜੀਠੀਆ ਨੂੰ ਬਚਾਉਣ ਵਾਸਤੇ ਆਪਣੇ ਬਣਾਏ ਅਫਸਰ ਦੇ ਪਰ ਕੁਤਰ ਦਿੱਤੇ। ਪਹਿਲਾਂ ਹਰਪ੍ਰੀਤ ਸਿੰਘ ਸਿੱਧੂ ਰਿਪੋਰਟ ਕਰਦਾ ਸੀ ਸਿੱਧਾ ਚੀਫ ਮਿਨਿਸਟਰ ਪੰਜਾਬ ਨੂੰ,
ਕਿਉਂਕਿ ਹੁਣ ਨਵੇਂ ਆਰਡਰ ਪਾਸ ਕੀਤੇ ਗਏ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜਾ ਹੈ ਉਹ ਰਿਪੋਰਟ ਕਰੇਗਾ ਪੰਜਾਬ ਦੇ ਉਸੇ ਡੀਜੀਪੀ ਨੂੰ ਜਿਹੜੇ ਡੀਜੀਪੀ ਦੇ ਇਲਜ਼ਾਮ ਲੱਗੇ ਹੋਏ ਨੇ। ਇੱਥੇ ਬਸ ਨਹੀਂ, ਜਿਹੜਾ ਉਹਨਾਂ ਦੇ ਕੋਲ ਐਡੀਸ਼ਨਲ ਚਾਰਜ ਸੀਗਾ ਬਾਰਡਰ ਰੇਂਜ ਦਾ, ਉਹ ਵੀ ਉਹਨਾਂ ਤੋਂ ਖੋਹ ਲਿਆ ਗਿਆ। ਔਰ ਇਹ ਬਾਰਡਰ ਦੇ ਉੱਤੇ ਜਿਹੜੀ ਸਮਗਲਿੰਗ ਹੁੰਦੀ ਜੋ ਪਾਕਿਸਤਾਨ ਤੋਂ ਸਾਰੇ ਡਰੱਗਸ ਆਉਂਦੇ ਨੇ, ਉਹ ਵੀ ਚਾਰਜ ਉਹਨਾਂ ਕੋਲ ਖੋਹ ਲਿਆ। ਇਹਦਾ ਮਤਲਬ ਸਾਫ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਇੱਛਾ ਸ਼ਕਤੀ ਨਹੀਂ ਗਈ ਹੁਣ, ਨਾ ਨਸ਼ੇ ਨੂੰ ਲੜਨ ਵਾਸਤੇ, ਨਾ ਭ੍ਰਿਸ਼ਟਾਚਾਰ ਨੂੰ ਲੜਨ ਵਾਸਤੇ। ਹਾਂ, ਉਹ ਸਿਲੈਕਟਿਵਲੀ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਟਾਰਗੇਟ ਕਰਨਾ ਜਾਣਦੇ ਨੇ, ਉਹ ਖੇਰੇ ਨੂੰ ਟਾਰਗੇਟ ਸਬਕ ਸਿਖਾਉਣਾ ਜਾਣਦੇ ਨੇ, ਉਹ ਚੱਟੋਪਾਧੀਆਂ ਨੂੰ ਸਬਕ ਸਿਖਾਉਣਾ ਜਾਣਦੇ ਨੇ, ਤੇ ਜੇ ਲੋੜ ਪਈ ਤੇ ਹਰਪ੍ਰੀਤ ਸਿੰਘ ਸਿੱਧੂ ਨੂੰ ਸਬਕ ਸਿਖਾਉਣਾ ਵੀ ਜਾਣਦੇ ਨੇ। ਲੇਕਿਨ ਗੁਨਾਹਗਾਰਾਂ ਦੇ ਖਿਲਾਫ ਲੜਨ ਵਾਸਤੇ ਉਹਨਾਂ ਵਿੱਚ ਨਾ ਦਮ ਆ, ਨਾ ਇੱਛਾ ਸ਼ਕਤੀ ਆ, ਨਾ ਹਿੰਮਤ ਆ। ਉਧਰ ਡੀਜੀਪੀ ਦੇ ਝਗੜਿਆਂ ਨੂੰ ਮਿਟਾਉਣ ਲਈ ਕੈਪਟਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੁੱਧਵਾਰ ਚੰਡੀਗੜ੍ਹ ਵਿੱਚ ਹੋਈ ਬੰਦ ਕਮਰਾ ਮੀਟਿੰਗ ਦੌਰਾਨ ਖਾਸੀ ਝਾੜ ਪਾਈ। ਬੈਠਕ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੌਜੂਦਾ ਪੁਲਿਸ ਅਧਿਕਾਰੀਆਂ ਵਿੱਚ ਵਧੀ ਤਲਖੀ ਅਤੇ ਵਾਪਰੀਆਂ ਘਟਨਾਵਾਂ ਤੇ ਹੈਰਾਨੀ ਪ੍ਰਗਟਾਈ ਤੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਕੈਪਟਨ ਨੇ ਕਿਹਾ ਕਿ ਪ੍ਰੋਫੈਸ਼ਨਲ ਪ੍ਰੋਬਲਮਸ ਨੂੰ ਅਦਾਲਤ ਵਿੱਚ ਘੜੀਸਣ ਵਰਗੀਆਂ ਹਰਕਤਾਂ ਸਹਿਣਯੋਗ ਨਹੀਂ ਹਨ ਅਤੇ ਇਹਨਾਂ ਨੂੰ ਇੱਥੇ ਹੀ ਬੰਦ ਕਰਨਾ ਹੋਵੇਗਾ। ਕੈਪਟਨ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਕਿਸੇ ਸੀਨੀਅਰ ਅਧਿਕਾਰੀ ਨੂੰ ਆਪਣੇ ਪੇਸ਼ੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਪਹਿਲਾਂ ਸੂਬੇ ਦੇ ਪੁਲਿਸ ਮੁਖੀ ਨੂੰ ਮਿਲੇ, ਜੇਕਰ ਉੱਥੇ ਗੱਲ ਨਹੀਂ ਬਣਦੀ ਤਾਂ ਪੜਾਅ ਦਰ ਪੜਾਅ ਗ੍ਰਹਿ ਸਕੱਤਰ ਫਿਰ ਮੁੱਖ ਸਕੱਤਰ ਨੂੰ ਮਿਲ ਸਕਦਾ ਹੈ। ਮੁੱਖ ਮੰਤਰੀ ਨੇ ਫਰਾਕ ਦਿਲੀ ਵਿਖਾਉਂਦਿਆਂ ਕਿਹਾ ਕਿ ਜੇਕਰ ਫਿਰ ਵੀ ਗੱਲ ਹੱਲ ਨਹੀਂ ਹੁੰਦੀ ਤਾਂ ਕੋਈ ਵੀ ਸਿੱਧਾ ਉਹਨਾਂ ਕੋਲ ਆ ਸਕਦਾ ਹੈ। ਮੁੱਖ ਮੰਤਰੀ ਨੇ ਤਾੜਨਾ ਕੀਤੀ ਹੈ ਕਿ ਸਾਰੇ ਪੁਲਿਸ ਅਧਿਕਾਰੀ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਦੀ ਕਪਤਾਨੀ ਹੇਠ ਹੀ ਕੰਮ ਕਰਨਗੇ। ਕੈਪਟਨ ਨੇ ਅਰੋੜਾ ਦੇ ਕਸੀਦੇ ਪੜਦਿਆਂ ਕਿਹਾ ਕਿ ਪੰਜਾਬ ਡੀਜੀਪੀ ਦੀ ਕੇਂਦਰ ਵਿੱਚ ਮੰਗ ਕੀਤੀ ਜਾ ਰਹੀ ਸੀ, ਪਰ ਉਹਨਾਂ ਦੇ ਤਜਰਬੇ ਦੀ ਸੂਬੇ ਨੂੰ ਲੋੜ ਦਾ ਵਾਸਤਾ ਪਾ ਕੇ ਕੈਪਟਨ ਨੇ ਕੇਂਦਰ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਬੇਨਤੀ ਕੀਤੀ ਸੀ।